ਉਹ ਹਲੇ ਤੱਕ ਪੂਰੀ ਟੋਟਾ ਮੌਜੂਦ ਹੈ। ਕੱਚੀ ਸਰ, ਪੱਕੀ ਸਰ, ਛੋਟੀ ਸਰ, ਵੱਡੀ ਸਰ, ਯਾਨੀ ਕਿ ਤਲਾਬ ਪਾਣੀ ਦੇ ਜਿਹੜੇ ਨੇ, ਪਾਣੀ ਦਾ ਤੁਹਾਨੂੰ ਦੱਸਿਆ ਤਾਂ ਬੜੀ ਥੋੜ ਹੁੰਦੀ ਹੈ ਪੀਣ ਵਾਲਾ ਪਾਣੀ। ਅੱਜ ਵੀ ਜਿਹੜੇ ਲੋਕ ਬੱਕਰੀਆਂ ਚਰਾਉਣ ਜਾਂਦੇ ਨੇ, ਊਂਠ ਚਰਾਉਣ ਜਾਂਦੇ ਨੇ, ਤਾਂ ਛੱਪੜੀਆਂ ਦਾ ਪਾਣੀ ਜਿਹੜਾ ਬਾਰਿਸ਼ਾਂ ਦਾ ਪਿਆ ਹੁੰਦਾ, ਉਹ 'ਤੇ ਕੱਪੜਾ ਰੱਖ ਕੇ ਅਤੇ ਉਹਦੇ 'ਚ ਪੀਂਦੇ ਨੇ। ਔਰ ਸੁਣਿਆ ਕਿ ਪਾਣੀ ਜਿਹੜਾ ਮਰਜ਼ੀ ਪੀਏ ਬਿਮਾਰ ਨਹੀਂ ਹੁੰਦਾ। ਬਹੁਤ ਮੁਸ਼ਕਿਲ ਹੈ ਜੀ ਇੱਥੇ ਜਾਣਾ, ਪੈਰਾਂ ਦੇ ਮੋਹ ਲੱਥ ਜਾਂਦੇ ਨੇ ਹੁਣ, ਅਤੇ ਉਦੋਂ ਕੀ ਹਾਲ ਹੋਏਗਾ। ਔਰ ਇੱਥੇ ਤੁਹਾਨੂੰ ਇੰਨਾ ਕੁਛ ਮਿਲੇਗਾ, ਵਾਈਲਡ ਹਰਬਸ ਜਿਹੜੀਆਂ ਨੇ, ਤੁਲਸੀ ਜਿਹੜੀ ਉਹਦਾ ਪੂਜਾ ਕੀਤੀ ਜਾਂਦੀ ਹੈ, ਉਹਦਾ ਨੇਟਿਵ ਹੈ, ਫਿਰ ਉਸ ਤੋਂ ਬਾਅਦ ਮੈਂਥੋਲ ਹੈ, ਫਿਰ ਉਸ ਤੋਂ ਬਾਅਦ ਬੈਜ਼ਲ ਹੈ, ਨੈਰੋ ਲੀਵ ਬੈਜ਼ਲ ਹੈ, ਉਹ ਸਾਰੀਆਂ ਤੁਹਾਨੂੰ ਇੱਥੇ ਮਿਲਣਗੀਆਂ। ਗੁਰਦੁਆਰਾ ਨਨਕਾਰੀ, ਨਨਕਾਰੀ ਬਾਜ਼ਾਰ ਰਾਵਲ ਪਿੰਡੀ, ਨਰਨਕਾਰੀਆਂ ਦਾ ਸਭ ਤੋਂ ਵੱਡਾ ਗੁਰਦੁਆਰਾ ਜਿਹੜਾ ਪਾਕਿਸਤਾਨ ਦੇ ਵਿੱਚ ਸੀ ਉਹ ਇਹ ਸੀ। ਲੇਕਿਨ ਇਸ ਗੁਰੂ ਘਰ ਨੂੰ ਇਹ ਸ਼ਰਫ ਹੈ ਕਿ ਪਹਿਲਾ ਅਨੰਤਾ, ਯਾਨੀ ਕਿ ਸਿੱਖ ਮੈਰਿਜ ਜਿਹੜੀ ਹੈ ਪਹਿਲੀ, ਉਹ ਇੱਥੋਂ ਸ਼ੁਰੂ ਹੁੰਦੀ ਹੈ। ਔਰ ਇਹਦੇ ਵਿੱਚ ਭਾਈ ਦਿਆਲ ਸਿੰਘ ਜੀ ਦੀ ਸੇਵਾ ਵੀ ਲੱਗੀ, ਸਭ ਤੋਂ ਵੱਡੀ ਸੇਵਾ ਉਹਨਾਂ ਦੀ ਹੈ ਇੱਥੇ। ਇੱਥੇ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਜਗ੍ਹਾ ਮੌਜੂਦ, ਇੱਕ ਇੱਕ ਸੇਵਾ ਕਰਵਾਈ ਮੌਜੂਦ। ਔਰ ਇਹ ਜਿਹੜੀ ਤੁਹਾਨੂੰ ਬਿਲਡਿੰਗ ਸਾਰੀ ਨਜ਼ਰ ਆ ਰਹੀ, ਵਾਈਟ ਵਾਈਟ ਪੋਰਸ਼ਨ ਜਿੰਨਾ ਨਜ਼ਰ ਆ ਰਿਹਾ, ਸਾਰਾ ਮੈਕਰੋਨਾ ਵਾਈਟ ਮਾਰਬਲ ਲੱਗਾ ਹੈ। ਦੀਵਾਨ ਹਾਲ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਅਤੇ ਤਾਂ ਚੇਅਰਸ ਰੱਖੀਆਂ ਨੇ, ਵਰਨਾ ਇਹ ਲੋਕ ਰਹਿੰਦਾ। ਬਾਕੀ ਸਰਾਊਂਡਿੰਗ ਸਾਰੀਆਂ ਬਿਲਡਿੰਗ ਜਿਹੜੀਆਂ ਨੇ, ਐਜ਼ ਏ ਬੋਆਇਜ਼ ਸ਼ਿਮਲਾ, ਸ਼ਿਮਲਾ ਬੋਆਇਜ਼ ਹਾਈ ਸਕੂਲ, ਗੌਰਮੈਂਟ ਸ਼ਿਮਲਾ ਬੋਆਇਜ਼ ਹਾਈ ਸਕੂਲ ਜਿਹੜਾ ਮੇਨ ਰਾਜਾ ਬਾਜ਼ਾਰ ਦੇ ਇੱਕ ਚੌਕ ਦੇ ਤੁਸੀਂ ਖੜ੍ਹੇ ਹੋ, ਅਤੇ ਚਾਰ ਗੁਰਦੁਆਰੇ, ਚਾਰੋਂ ਕੋਨਿਆਂ ਦੇ ਵਿੱਚ ਚਾਰ ਗੁਰਦੁਆਰੇ ਨੇ। ਇਹ ਤੁਸੀਂ ਦੇਖ ਸਕਦੇ ਹੋ, ਉਹ ਨਿਸ਼ਾਨ ਸਾਹਿਬ ਜੀ ਨੂੰ ਗੱਲ ਕਰ ਰਿਹਾ ਵਾਂ, ਉਹ ਵੀ ਔਰ ਸੁਖਾਸਨ ਨੇ, ਔਰ ਉਹ ਜਗ੍ਹਾ ਜੂਨ ਤੋਂ ਕਿਸੇ ਨੇ ਕੋਈ ਚੀਜ਼ ਡਿਸਟਰਬ ਨਹੀਂ ਕੀਤੀ ਹੈ। 70 ਸਾਲ ਗੁਜ਼ਰਨ ਤੋਂ ਬਾਅਦ ਕਾਫੀ ਲੋਕਾਂ ਦੇ ਮੈਨੂੰ ਮੈਸੇਜ ਆਉਂਦੇ ਸੀ ਕਿ ਤੁਸੀਂ ਸਭ ਮੁਸਲਿਮ ਜਿਹੜੇ ਨੇ ਉਹ ਖਰਾਬ ਕਰ ਦਿੰਦੇ ਨੇ ਆਪਣੀ ਜਿਹੜੇ ਰਿਲੀਜਨ ਦੀਆਂ ਨੇ। ਜਿਹੜੇ ਰਿਸਰਚਰਸ ਨੇ ਉਹਨਾਂ ਨੂੰ ਇੱਕ ਮਿੰਟ 'ਚ ਪਤਾ ਚੱਲ ਜਾਂਦਾ ਕਿ ਵੀ ਇਹ ਖਾਲਸਾ ਸਕੂਲ ਨੇ, ਚਾਹੇ ਉਹਦਾ ਸਟੇਮ ਸਟੋਨ ਲੇਟ ਜਿਹੜਾ ਉਹ ਚੇਂਜ ਕਰ ਦਿੱਤਾ ਜਾਵੇ। ਇਹੀ ਜਿਹੜਾ ਸਕੂਲ ਹੈ, ਇਹਦੇ ਜਿਹੜੇ ਵਾਈਸ ਪ੍ਰਿੰਸੀਪਲ ਨੇ, ਇਹਨਾਂ ਨੇ ਸ਼ਹਿਰ ਵਾਲਿਆਂ ਵਾਸਤੇ ਇੱਕ ਘੜਿਆਲ ਲਾਇਆ, 5 ਮੰਜ਼ਿਲਾਂ ਉੱਤੇ ਜਾ ਕੇ ਘੜਿਆਲ, ਚਾਰੋਂ ਪਾਸੇ 4 ਘੜੀਆਂ ਲੱਗੀਆਂ ਨੇ। ਉਹ ਜਿਸ ਤਰ੍ਹਾਂ ਅੱਜ ਇੱਥੇ, ਕੱਲ੍ਹ ਅਸੀਂ ਗਏ ਸੀ ਜੀ, ਕਿਹੜੀ ਜਗ੍ਹਾ ਜੀ? ਬਲਬੂਆ ਪਾਰਕ ਜੀ, ਬਲਬੂਆ ਪਾਰਕ। ਹਾਂ, ਬਲਬੂਆ ਪਾਰਕ ਦੇ ਵਿੱਚ ਉਹ ਘੜਿਆਲ ਬੋਲ ਰਿਹਾ ਸੀ, ਟਨ ਟਨ ਟਨ, ਸੇਮ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਬੋਲਦਾ। ਸਾਡੇ ਕੋਲ 2 ਨੇ, ਇੱਕ ਪਿਸ਼ਾਵਰ 'ਚ, ਇੱਕ ਗੁਜਰਾਂਵਾਲਾ ਦੇ ਵਿੱਚ। ਇਹਦੇ ਲਈ ਵੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਖੁਲਵਾ ਦਈਏ, ਕਿਉਂਕਿ ਇਹ ਚੀਜ਼ ਯੂਜ਼ਫੁੱਲ ਹੈ। ਸਿਰਫ ਕੁਝ ਮੇਰਾ ਹੁਣ ਮੁਰੰਮਤ ਹੀ ਕਰਨ ਵਾਲਾ, ਬਾਕੀ ਹਰ ਚੀਜ਼ ਇਹਦੀ ਠੀਕ ਹੈ। ਇਹ 12 ਦਰੀ ਹੈ ਜੀ, ਸ਼ੇਰਾਂ ਵਾਲੀ, 12 ਦਰੀ ਨੂੰ ਕਿਹਾ ਜਾਂਦਾ, ਸ਼ੇਰਾਂ ਵਾਲਾ ਬਾਗ ਕਿਹਾ ਜਾਂਦਾ ਹੈ। ਇਹ 12 ਦਰੀ ਦੁਬਾਰਾ ਜੀ ਰੈਨੋਵੇਟ ਕੀਤੀ ਹੈ, ਔਰ ਇਹਨੂੰ ਕੰਪਲੀਟ ਉਹਦੀ ਸ਼ੇਪ 'ਚ ਲੈ ਕੇ ਆਏ ਨੇ, ਔਰ ਇਹਦੇ ਅੰਦਰ ਉਹੀ ਜਿਹੜਾ ਗੁਰਦੁਆਰੇ ਵਾਲਾ ਆਰਟ ਹੈ ਉਹ ਇੱਥੇ ਲਿਆ ਕੇ ਜਿਹੜਾ ਦੁਬਾਰਾ ਉਹ ਕੀਤਾ ਗਿਆ, ਉਹਨੂੰ ਰਿਵਾਈਜ਼ ਕੀਤਾ ਗਿਆ, ਔਰ ਇਹਦੀ 1 ਇੰਚ ਜਗ੍ਹਾ ਤੁਹਾਨੂੰ ਖਾਲੀ ਨਹੀਂ ਮਿਲੇਗੀ। ਮੇਰਾ ਪ੍ਰੋਗਰਾਮ ਆ ਰਿਹਾ ਪੰਜਾਬ ਹੈਰੀਟੇਜ ਦਾਸਤਾਨ, ਉਹਦੇ 'ਚ ਦੀ ਕੰਪਲੀਟ ਜਿਹੜੀ ਹੈ ਹਾਈ ਰੈਜ਼ੋਲਿਊਸ਼ਨ ਵੀਡੀਓ ਜਿਹੜੀ ਸਾਹਮਣੇ ਆਏਗੀ, ਤੁਸੀਂ ਦੇਖਣਾ ਕਿ ਤੁਹਾਨੂੰ ਮਜ਼ਾ ਆ ਜਾਏਗਾ ਦੇਖਣ ਦੇ ਵਿੱਚ। ਨਾਲ ਹੀ ਉਹਦੀ ਹਿਸਟਰੀ ਹੋਏਗੀ। ਗੁਰਦੁਆਰਾ ਸ੍ਰੀ ਗੁਰੂ ਕੋਠਾ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ, ਬਹੁਤ ਮੰਦੇ ਹਾਲ ਦੇ ਵਿੱਚ ਇਸ ਵੇਲੇ, ਤਾਂ ਕਸ਼ਮੀਰੀ ਮੁਹਾਜ਼ਰ ਨੇ ਅੰਦਰੋਂ ਤਾਂ ਦੇਖਣ ਨਹੀਂ ਦਿੰਦੇ, ਬਾਹਰੋਂ ਬਾਹਰੋਂ ਅਸੀਂ ਕਾਫੀ ਤਸਵੀਰਾਂ ਬਣਾਈਆਂ ਨੇ। ਲੇਕਿਨ ਪਲੀਜ਼ ਸੰਗਤ ਤੋਂ ਰਿਕੁਐਸਟ ਹੈ ਕਿ ਇਹ ਆਪਣੀ ਆਪਣੀ ਸ਼ਕਲ ਦੇ ਵਿੱਚ ਇੱਕ ਨਾਇਆਬ ਆਰਕੀਟੈਕਚਰ ਰਹਿ ਗਿਆ ਪਾਕਿਸਤਾਨ ਦੇ ਅੰਦਰ, ਇਹਦੀ ਸੇਵਾ ਵਾਸਤੇ, ਸੰਭਾਲ ਵਾਸਤੇ ਗੌਰਮੈਂਟ ਆਫ ਪਾਕਿਸਤਾਨ ਨਾਲ ਰਾਬਤਾ ਕਰਕੇ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਰੋ, ਔਰ ਇਸ ਇਹਦੀ ਸੇਵਾ ਸੰਭਾਲ ਪਲੀਜ਼ ਕੋਈ ਕਰਵਾਓ। ਇਹ ਬਹੁਤ ਇੰਪੋਰਟੈਂਟ ਪਲੇਸ ਹੈ, ਇਹਦੇ ਨਾਲ ਕਾਫੀ ਜਗ੍ਹਾ ਵੀ ਹੈ ਜਿੱਥੇ ਅੱਜ ਕੱਲ੍ਹ ਸਕੂਲ ਬਣਿਆ ਹੈ। ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਬੇ ਦੀ ਬੇਰੀ ਸਿਆਲਕੋਟ ਦੇ ਵਿੱਚ, ਇਹ ਮੁਕੰਮਲ ਰੈਨੋਵੇਟ ਹੋ ਗਿਆ, ਪਹਿਲੇ ਇਹ ਹਾਲ ਸੀ, ਅੱਜ ਕੱਲ੍ਹ ਇਹ ਖੋਲ੍ਹ ਦਿੱਤਾ ਗਿਆ, ਐਸੇ ਸਾਲ ਹੀ ਖੁੱਲ੍ਹਿਆ, ਔਰ ਸੰਗਤ ਦੇ ਹਵਾਲੇ ਕੀਤਾ ਗਿਆ, ਔਰ ਸੁਬਹ ਸ਼ਾਮ ਅਰਦਾਸ ਵੀ ਹੁੰਦੀ ਹੈ, ਪਾਠ ਵੀ ਹੁੰਦਾ ਬਕਾਇਦਗੀ ਦੇ ਨਾਲ, ਔਰ ਹੁਣ ਜਿਹੜੇ ਨਨਕਾਣਾ ਸਾਹਿਬ ਸੰਗਤ ਜਾਂਦੀ ਉਹ ਇੱਥੋਂ ਹੋ ਕੇ ਆਉਂਦੀ ਹੈ। ਸਰਦਾਰਾਂ ਦੀ ਲਾਲ ਹਵੇਲੀ ਸਿਆਲਕੋਟ ਸ਼ਹਿਰ ਦੇ ਵਿੱਚ, ਜਿੱਥੇ ਦੱਸਿਆ ਜਾਂਦਾ, ਸਾਡੇ 'ਤੇ ਵਾਰ ਵਾਰ ਆਰੋਪ ਲਾਇਆ ਜਾਂਦਾ ਕਿ ਅਸੀਂ ਬੜੇ ਸਵਾਰਥੀ ਹਾਂ ਮੁਸਲਿਮਸ। ਇਹ ਤੁਸੀਂ ਘਰ ਦੇ ਉੱਤੇ ਤੁਸੀਂ ਦੇਖੋ ਜ਼ਰਾ, ਕਿੱਥੇ ਜਾ ਕੇ ਉਹ ਮੰਟੀ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਗੁਰੂ ਖੰਡਾ। ਕਿਸੇ ਨੂੰ ਕੋਈ ਤਕਲੀਫ ਨਹੀਂ ਹੈ ਇਸ ਗੁਰੂ ਖੰਡੇ ਦੀ, ਬਣਿਆ ਤਾਂ ਬਣਿਆ ਰਹਿੰਦਾ। ਉੱਥੇ ਲੋਕ ਬਜ਼ੁਰਗ ਕਹਿੰਦੇ ਨੇ ਉਹਨਾਂ ਨੂੰ, ਬੱਚਿਆਂ ਨੂੰ, ਵੀ ਯਾਰ ਤੁਸੀਂ ਇਹਨੂੰ ਕਿਉਂ ਛੱਡਦੇ, ਤੁਹਾਡਾ ਦੇ ਨਾਲ ਕੀ ਲੈਣਾ ਦੇਣਾ। ਅਤੇ ਰੈਡ ਕਲਰ ਜਿਹੜਾ 47 ਤੋਂ ਪਹਿਲੇ ਦਾ ਜਿਹੜਾ ਹਲਕਾ ਹਲਕਾ ਤੁਹਾਨੂੰ ਨਜ਼ਰ ਆ ਰਿਹਾ, ਪੀਲਾ ਨਹੀਂ ਕੀਤਾ ਕਿਸੇ ਨੇ, ਚਿੱਟਾ ਨਹੀਂ ਕੀਤਾ, ਕਿਉਂਕਿ ਸਰਦਾਰਾਂ ਦੀ ਹਵੇਲੀ ਹੈ ਬਈ, ਇਹ ਲਾਲ ਹਵੇਲੀ। ਅਤੇ ਉਹ ਲਾਲ ਹਵੇਲੀ ਜਿਹੜੀ ਮੈਂ ਦੇਖਣ ਵਾਸਤੇ ਸਪੈਸ਼ਲੀ ਇਸਲਾਮਾਬਾਦ ਤੋਂ ਆਇਆ ਸੀ, ਇੱਕ ਹਵੇਲੀ ਦੇਖਣ ਵਾਸਤੇ, ਮੈਨੂੰ ਇੱਕ ਦੋਸਤ ਨੇ ਤਸਵੀਰ ਉੱਤੇ ਭੇਜੀ ਗੁਰੂ ਖੰਡੇ ਦੀ, ਕਹਿੰਦੇ ਦੋ ਤਲਵਾਰਾਂ ਅਤੇ ਇੱਕ ਚੰਨ।
ਮੈਂ ਕਿਹਾ ਦੋ ਦਲਵਾਨਾਂ ਤੇ ਇੱਕ ਚੰਨ ਨਹੀਂ ਹੈ, ਇਹ ਦੋ ਦਰਬਾਰਾਂ ਤੇ ਵਿੱਚ ਕੜਾ ਹੈ ਔਰ ਦਰਮਿਆਨ ਦੇ ਵਿੱਚ ਜਿਹੜਾ ਉਹ ਸਾਰਾ ਦੇਖ ਟੇਖ ਦਾ ਕੋਨਸੈਪਟ ਉਹਨਾਂ ਸਮਝਾਇਆ। ਫਿਰ ਉਹ ਕਹਿੰਦਾ ਅੱਛਾ ਇਹ ਉਹ ਚੀਜ਼ ਹੈ, ਮੈਂ ਕਿਹਾ ਹਾਂ ਇਹ ਉਹ ਚੀਜ਼ ਹੈ। ਫਿਰ ਰਲ ਕੇ ਅਸੀਂ ਗਏ ਜਾ ਕੇ ਦੇਖਿਆ। ਪੂਰਨ ਦਾ ਖੂਹ ਜੀ, ਪੂਰਨ ਭਗਤ ਦਾ ਖੂਹ, ਕੱਚੀ ਤਨ ਦਾ ਖੂਹ, ਇੱਥੇ ਗੋਰਖ ਨਾਥ ਦੇ ਚੇਲਿਆਂ ਨੇ ਪੂਰਨ ਭਗਤ ਨੂੰ ਕੱਚੀ ਤੰਦ ਜਿਹੜਾ ਉਹ ਸੁਣਾਉਂਦੇ ਨਾ ਸਟੋਰੀ ਜਿਹੜੀ ਹੈ ਉਹਦੇ ਉੱਤੇ ਤੁੰਬੇ ਦੇ ਉੱਤੇ, ਹਾਂ ਉਹ ਇਹ ਖੂਹ ਹੈ। ਉਹ ਸਿਆਲਕੋਟ ਕੰਡ ਵਿੱਚ ਇਹਦੀ ਸੇਵਾ ਪਹਿਲੀ ਵਾਰ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ, ਇਹਦੇ ਨਾਲ ਇੱਕ ਸ਼ਿਵਾਲਾ ਵੀ ਬਣਾਇਆ ਸੀ। ਬਾਥਰੂਮ ਬਣੇ ਨੇ ਦੀ ਸ਼ਰਧਾ ਕੀ ਹੈ? ਇਹਨੂੰ ਸੱਚਖੰਡ ਦਾ ਖੂਹ ਕਿਹਾ ਜਾਂਦਾ ਕਿ ਇੱਥੇ ਲੋਕਾਂ ਨੂੰ ਸ਼ਿਫਾ ਮਿਲਦੀ ਹੈ। ਕਈ ਲੋਕ ਬਿਮਾਰ ਹੁੰਦੇ ਨੇ, ਇੱਥੇ ਜਾ ਕੇ ਨਹਾਉਂਦੇ ਨੇ, ਉਹਨਾਂ ਨੂੰ ਤੰਦਰੁਸਤੀ ਮਿਲਦੀ ਹੈ। ਔਰ ਜਿਹਨਾਂ ਮਾਈਆਂ ਭੈਣਾਂ ਦੇ ਘਰ ਬੱਚੇ ਹੋ ਕੇ ਮਰ ਜਾਂਦੇ ਨੇ ਉਹ ਉੱਥੇ ਜਾ ਕੇ ਨਹਾਉਂਦੀਆਂ, ਉਹਨਾਂ ਨੂੰ ਮੁਕੰਮਲ ਸ਼ਿਫਾ ਮਿਲਦੀ ਹੈ। ਔਰ ਸਾਡੇ ਪੰਜਾਬ ਦੇ ਵਿੱਚ ਔਰਤਾਂ ਜਾਂਦੀਆਂ ਨੇ ਇੱਥੇ, ਔਰ ਉਹਨਾਂ ਨੂੰ ਆਰਾਮ ਮਿਲਦਾ। ਇਹ ਰੱਬ ਤਰਫੋਂ ਜਿਹੜਾ ਉਸ ਪਾਣੀ ਦੇ ਵਿੱਚ ਸ਼ਿਫਾ ਹੈ ਦਰਬਾਰ।